ਕਿੰਨੀ ਕੁ ਉਮਰ ਸੀ ਉਹ? 47 ਆਪਣੇ ਵਾਪਰਿਆ ਜੀ। ਮੈਂ ਜੋ ਜੰਗ ਲੱਗਾ ਹੈ ਕਿ ਨਾ, ਜਦ ਵੀ ਗਏ ਜੇ ਤੁਸੀਂ? ਹਾਂਜੀ। ਉਦੋਂ ਮੈਂ 18 ਸਾਲਾਂ ਦਾ ਹਾਂ। ਅੱਛਾ, ਤੈਨੂੰ ਤਾਂ ਪੂਰਾ ਚੇਤਾ। ਹਾਂ ਹਾਂਜੀ, ਤੁਹਾਡੇ ਪਿੰਡ ਪਹੁੰਚ ਗਏ ਹਾਂ ਜੀ। ਤੁਹਾਡੇ ਪਿੰਡ ਪਹੁੰਚ ਗਏ ਹਾਂ। ਹਾਂਜੀ, ਇੱਥੇ ਬਜ਼ੁਰਗ ਹੈਗੇ, ਉਹ 18 ਸਾਲ ਦੇ ਸੀ ਜੋ। ਕੀ ਨਾਂ ਸੀ? ਹਾਂਜੀ, ਫੌਜਾ ਸਿੰਘ। ਤੁਹਾਡੇ ਬਾਬੇ ਦਾ ਨਾਂ ਸੀ? ਪੜਦਾਦੇ ਦਾ ਨਾਂ ਫੌਜਾ ਸਿੰਘ ਸੀ। ਹਾਂਜੀ ਜੀ। ਹੈਲੋ। ਹਾਂਜੀ ਹਾਂਜੀ, ਬੋਲੋ। ਤਿੰਨ ਮਾਰੇ ਹਨ ਇਹਨਾਂ ਦੇ ਫੌਜਾ। ਅੱਛਾ, ਉੱਤਰ ਕਪੂਰ ਕਸ਼ਮੀਰਾ, ਇਹ ਦੋਨੋਂ ਤਿੰਨ ਮਾਰੇ ਹਨ। ਉਹਦੇ ਬਾਰੇ ਕਹਾਣੀ ਦੱਸੋ, ਕਿੱਦਾਂ ਹੋਈ, ਕੀ ਹੋਇਆ? ਫਿਰ ਉਹ ਉਧਰੋਂ ਦੀ ਗਏ ਜਾਣੇ ਨਾ, ਫਿਰ ਉਧਰ ਹੀ ਗਏ ਜਾਣੇ ਨੇ। ਅੱਛਾ, ਬੜੀ ਚੇ ਨਹੀਂ ਸੀ ਉਹ ਨੱਸਿਆ ਫਿਰਦਾ। ਇੱਕ ਵਾਰ ਦੁਬਾਰਾ ਫਿਰ ਦੱਸਿਓ ਕਿ ਕੇਨ ਕੇਨ ਕਿਹਨੂੰ ਮਾਰਿਆ, ਕਿਉਂ ਮਾਰਿਆ? ਉਹਦਾ ਪੁੱਤਰ ਨੱਥਾ ਹਸਾ ਪਹਿਲੋਂ ਮਾਰਿਆ ਹਨੇ ਇਹਨਾਂ, ਨੱਥਾ ਹਸਾ ਪੁੱਤਰ ਪਹਿਲੋਂ ਮਾਰਿਆ ਹੈ ਨਾ, ਅਤੇ ਨਾਲ ਤਿੰਨ ਕਸ਼ਮੀਰੀ ਮਾਰਿਆ ਇਹਨੇ। ਅੱਛਾ, ਉਹ ਫਿਰ ਉਹਨੇ 10-15 ਸਾਲਾਂ ਪਿੱਛੋਂ ਉਹਨੇ ਫਿਰ ਮਾਰਿਆ। ਅੱਛਾ ਅੱਛਾ ਅੱਛਾ। ਤੇ ਆਪਣੇ ਵਿੱਚ ਨਜਾਇਜ਼ ਬੰਦੇ ਵੀ ਮਰ ਗਏ? ਨਜਾਇਜ਼ ਕੌਣ ਮਰਿਆ ਸੀ? ਨਜਾਇਜ਼ ਸਾਰੇ ਉਧਰ ਦੀ ਰਲੇ ਸੀ ਨਾ। ਅੱਛਾ, ਉਹਨਾਂ ਉਹਦੇ ਮਾਰੇ, ਉਹਨਾਂ ਨੇ ਉਹਨਾਂ ਮਾਰੇ, ਨਜਾਇਜ਼ ਕਰ ਗਏ। ਅੱਛਾ ਅੱਛਾ। ਤੇ ਤੁਸੀਂ ਉਦੋਂ 18 ਸਾਲ ਦੇ ਸੀ? ਜਦੋਂ ਇੱਥੇ ਸਰਦਾਰ ਉੱਠ ਕੇ ਗਏ ਆ, ਤੇ ਉਦੋਂ ਮਤਲਬ ਕਿ ਪਿੰਡ ਵਿੱਚ ਕੀ ਹਾਲਾਤ ਸੀ? ਹਰਿਆਲੀ ਅੱਛਾ ਜੀ, ਉੱਥੇ ਮਾਲ ਡੰਗਰ ਸਾਰਾ ਖੋਲਿਆ ਨਾ। ਅੱਛਾ, ਉੱਥੋਂ ਲੋਕਾਂ ਨੇ ਕਿਹਨ ਖੋਇਆ ਜੀ? ਮੁਸਲਮਾਨਾਂ ਨੇ ਖੋਲਿਆ ਉੱਥੋਂ ਵਾਲਿਆਂ ਨੇ। ਅੱਛਾ, ਇੱਥੇ ਆ ਚੱਲ ਉਹ ਜਾਂ ਨਹੀਂ ਪਿਆ? ਸਾਡੇ ਲੈ ਲੋ ਗਏ ਨਾ, ਅਮਨਾ ਮਾਨ ਗਏ ਨੇ। ਅੱਛਾ, ਕੋਈ ਗੱਲ ਬਾਤ ਨਹੀਂ। ਇਸ ਵੇਲੇ ਬੁੜੀਆਂ ਲਗਾਇਆ ਸਾਰੀਆਂ। ਅੱਛਾ, ਇਹ ਵੇ ਸਾਰ ਮੈਂ ਇੱਥੋਂ ਲੈ ਕੇ ਦੋ ਪਿੰਡ ਕੇ ਬੁੜੀਆਂ ਦੇ। ਅੱਛਾ, ਦੋ ਪਿੰਡ ਬੁੜੀਆਂ ਸਾਰੇ ਇਕੱਠੇ ਹੋ ਕੇ ਜਥਾ ਬਣਾਏ ਗਏ ਆ? ਆ ਪਿੰਡ ਹੀ ਗਿਆ, ਉਹ ਅੱਗੇ ਗਏ। ਅੱਛਾ, ਇਹ ਬੁੜੀਆਂ ਨਾਲ ਛੱਡ ਕੇ ਨਾ, ਤੇ ਅਗਲੇ ਦਿਨ 2-4 ਬੰਦੇ ਇੱਥੇ ਰਹੇ ਸੀ। ਅੱਛਾ, ਮਾਲ ਲਏ। ਅੱਛਾ, ਉਹ ਆਏ ਫਿਰ ਮਾਲ ਮੂਲ ਆਪਦਾ ਲੈਣ। ਅੱਛਾ ਜੀ, ਜੇ ਤੋਂ ਇਹ ਲੱਦ ਲੁੱਦੇ ਗੱਡਾਂ ਦੇ ਦਿੱਤੀਆਂ ਨੇ। ਹਾਂਜੀ, ਉਸ ਹਰਿਆਲੀ ਨੂੰ ਗਏ, ਉਸ ਲੋਕ ਉੱਧਰ ਦੇ ਪੈ ਗਏ ਉਹਨਾਂ ਨੂੰ। ਅੱਛਾ, ਉਹਨਾਂ ਬੰਦੇ ਵੀ ਮਾਰੇ ਕੁਛ। ਹਾਂਜੀ, ਅਤੇ ਮਾਲ ਵੀ ਖੋਲਿਆ ਸਭ, ਮਾਲ ਡੰਗੇ ਵੀ ਖੋਲਿਆ। ਹਾਂ, ਮਾਲ ਡੰਗੇ ਖੋਲਿਆ, ਨਹੀਂ ਬੜੀ ਹਾਲਤ ਇਹਨਾਂ ਕਰਾਉਣੀ ਹੋਈ। ਤੇ ਉੱਥੇ ਸਮਾਨ ਲੈ ਕੇ ਗਿਆ ਕਿ ਸਮਾਨ ਉਦੋਂ ਰਹਿ ਗਿਆ ਇੱਥੇ? ਸਮਾਨ ਹੁਣ ਲੋਕ ਲੈ ਗਏ ਨੇ। ਅੱਛਾ, ਗੱਡਾਂ ਲੱਦ ਕੇ ਦਿੱਤੀਆਂ, ਬਿਸਰੇ ਬੁਸਰੇ ਸਭ ਕੁਛ। ਜਿਹੜੀਆਂ ਮਾਰਾਂ ਕਰਨ ਵਾਲੇ ਬੰਦੇ ਕੌਣ ਸੀ? ਉੱਥੋਂ ਦੇ ਨੇ, ਸਰਿਆਲੀ ਦੇ। ਸਰਿਆਲੀ ਦੇ ਸੀ? ਅੱਛਾ ਅੱਛਾ ਅੱਛਾ, ਸਰਿਆਲੀ ਦੇ। ਤੁਹਾਡੇ ਜਿਹੜੇ ਪੁਰਾਣੇ ਯਾਰ ਮਿੱਤਰ ਸਰਦਾਰ, ਉਹਨਾਂ ਨੇ ਨਾਂ ਚੇਤੇ ਆ? ਹਾਂ,
ਕਿ ਕੌਣ ਕੌਣ ਯਾਰ ਮਿੱਤਰ ਸੀ? ਗੁਰਭਜਨ ਸਿੰਘ ਹੈ। ਅੱਛਾ, ਸੰਦੋਖ ਸਿੰਘ। ਉਹਦੇ ਬਾਪ ਦਾ ਨਾਂ ਕੀ ਸੀ? ਬੂੜ ਸਿੰਘ। ਅੱਛਾ ਜੀ, ਹੋਰ ਕੌਣ ਜਿੱਤੇ ਸੀ? ਹੋਰ ਇੱਧਰ ਪਾਲਾ ਸਰ। ਅੱਛਾ ਜੀ, ਉਹਦੇ ਪੁੱਤਰ ਸੀ ਤਲੋਕਾ। ਹਾਂਜੀ, ਇੱਕ ਦੂਜਾ ਮਰਾ ਨਾਂ ਹੀ ਇੰਨੇ ਜੋ ਲੱਗੇ। ਆਪਣੇ ਜਿਹੜੇ ਫੌਜਾ ਸਿੰਘ ਦਾ ਪਰਿਵਾਰ ਦੱਸਗਾ, ਇਹਨਾਂ ਬਾਰੇ ਤੁਹਾਨੂੰ ਕਿੰਨੀ ਯਾਦ ਆਸ਼ਿਆ? ਪਰਿਵਾਰ ਨਾਲ ਜਿਹੜਾ ਫੌਜਾ ਸਿੰਘ ਸੀ ਨਾ, ਅਤੇ ਵੀਰ ਸਿੰਘ, ਹਾਂਜੀ, ਇਹਨਾਂ ਬਾਰੇ ਤੁਹਾਨੂੰ ਪੂਰਾ ਪਤਾ? ਹਾਂ। ਅੱਛਾ, ਕੀ ਕਰਦੇ ਹੁੰਦੇ ਜੀ ਉਹ ਬਚਪਨ? ਇਕੱਠੇ ਖੇਡਦੇ ਸੀ? ਹਾਂ, ਬਾਈ ਬੂਈ ਕਰਦੇ ਸੀ ਉਹ। ਅੱਛਾ ਅੱਛਾ, ਜਦੋਂ ਗਏ ਨਾ ਉਹ ਮਰ ਗਏ ਨੇ, ਪੁੱਤਰ ਤਾਂ ਉਹਨਾਂ ਮਰ ਗਏ ਇੱਥੇ। ਹਾਂਜੀ, ਫੌਜਾ ਇਹ ਮਰ ਗਿਆ ਸੀ ਰੁੱਖਾਂ ਵਾਲੇ। ਰੁੱਖਾਂ ਵਾਲੇ? ਅੱਛਾ, ਉਹਨੂੰ ਮਾਰਤਾ ਹਨੇ। ਅੱਛਾ ਅੱਛਾ, ਦੋ ਕਦੇ ਕੀਤੇ ਹਨ ਰੁੱਖਾਂ ਵਾਲੇ। ਅੱਛਾ ਜੀ, ਅਤੇ ਤਿੰਨ ਫਿਰ ਕੀਤੇ ਹਨ, ਉਹ ਨਸੇ ਫਿਰ ਛਿਆ ਮੰਨਿਆ, ਫਿਰ ਉਹ ਮਾਰਿਆ ਕਪੂਰ ਸਾਨੂੰ। ਕਪੂਰ ਸਾਨੂੰ ਮਾਰਿਆ? ਹਾਂ, ਕਪੂਰ ਸਾਨੂੰ ਅੰਦਰ ਵੜ ਗਿਆ, ਅੰਦਰ ਵੜ ਗਿਆ ਨਾ, ਅਤੇ ਉਹ ਜਿਹੜਾ ਨਸਾ ਹੈ ਨਾ, ਉਹਨੇ ਆਖਿਆ ਜਦੋਂ ਉਹਦੀ ਨਵਾਸ ਸੀ, ਉਹਨਾਂ ਹਲੇ ਉਹ ਭੈਣ ਜੋ ਬਾਲਾ ਬੋਲਣਾ, ਉਹ ਮਛਿੱਤੀ ਪਈ ਸੀ ਬਥੇਰੀ। ਅੱਛਾ, ਉਹਨੇ ਅੱਗੇ ਬੂਹੇ ਰੱਖ ਲਿਆ, ਅੱਗ ਲਾ ਦਿੱਤੀ। ਅੱਛਾ, ਉਹ ਕਪੂਰ ਫਿਰ ਸੜਿਆ ਬੜਿਆ ਛੇਤੀ ਨਾਲ ਬਾਹਰ ਨਿਕਲਿਆ। ਅੱਛਾ, ਸੜ ਗਿਆ ਮੂੰਹ, ਨਾੜੀ ਦੂੜੀ ਸੜ, ਉਹ ਅੱਗੇ ਖੜਾ ਸੀ ਬਦੂ ਗਲਾ। ਹਾਂਜੀ, ਉਹਨੇ ਫੈਲ ਮਾਰ ਲਿਆ ਉੱਤੇ, ਫਿਰ ਕਿਰਪਾਨਾਂ ਲਾਉਣਾ ਵੱਢਦਾ। ਅੱਛਾ ਅੱਛਾ, ਅਸੀਂ ਵੇਖਣ ਗਏ। ਅੱਛਾ, ਹਾਂ, ਅਤੇ ਵੱਡੇ ਦੇਖੇ ਤੁਸੀਂ? ਹਾਂ, ਵੇਖੇ। ਅੱਛਾ ਅੱਛਾ, ਹੋਰ ਤੁਹਾਨੂੰ ਸਿੱਖਾਂ ਦੀ ਯਾਦ ਛਿੱਟੇ ਆਉਂਦੀ ਹੈ ਜੀ? ਉਹ ਸਿੱਖਾਂ ਸਾਰੇ ਭਾਈ ਬੂਰ ਸੀ, ਉੱਧਰ ਵੀ ਇੱਕ ਆਹ ਬੂਟਾ ਇਹ ਪੁੱਤਰ ਗਏ ਨੇ। ਹਾਂਜੀ ਹਾਂਜੀ, ਅਮਰੀਕਾ ਹੀ ਗਏ ਨੇ। ਅੱਛਾ ਜੀ, ਸੰਦੋਸ ਵੀ, ਗੁਰਭਜਨ ਵੀ। ਅੱਛਾ, ਛੋਟਾ ਹੋਰ ਸੀ ਜਿਹੜੇ ਉੱਧਰੋਂ ਉੱਠ ਕੇ ਆਏ ਇੱਥੇ, ਇਹ ਚੰਗੇ ਸਿੱਖ ਚੰਗੇ ਸੀ? ਹੈਂ, ਸਿੱਖ ਚੰਗੇ ਸੀ ਜਿਹੜੇ ਉੱਧਰੋਂ ਉੱਠ ਕੇ ਇੱਥੇ ਆਏ, ਉਹ ਚੰਗੇ ਆ? ਜੱਟਾਂ ਨਾਲ ਦੀ ਰੀਸ ਨਹੀਂ ਹੁੰਦੀ ਸਾਨੂੰ ਪਤਾ ਸਾਰੇ। ਅੱਛਾ, ਭਾਈ ਮੂਸ ਦਾ ਪੁੱਤਰ ਹੈ ਇਹ ਭਾਈ, ਪੱਟੀ ਪੈਲੀ ਪਈ, ਫੇਰ ਇੱਥੋਂ ਪੱਟੀ ਮਾਮਿਆਂ ਨੂੰ ਦੇ ਗਏ। ਹਾਂਜੀ, ਉਹ ਤਿੰਨੇ ਪੜੇ ਬੜੇ ਲਿਖੇ ਅਫਸਰ, ਉੱਥੇ ਜਾ ਕੇ ਹੁਣ ਪੈਲੀ ਬਣੇ। ਉਹ ਜੋ ਆਏ ਨਾ, ਉਹਨੇ 500 ਕਮਾ ਪੈਲੀ ਲਈ ਉੱਧਰ। ਅੱਛਾ ਅੱਛਾ, ਮੰਨਦੇ ਚੰਗੇ ਤੁਹਾਡੇ ਤਾਂ ਚੰਗੇ। ਸਿੱਖਾਂ ਸਿੱਖਾਂ ਦਾ ਕਿੱਦਾਂ ਬਿਹੇਵੀਅਰ ਕਿੱਦਾਂ ਸੀਗਾ ਮਿਲ ਸਾਰ ਲੋਕਾਂ ਨਾਲ ਪਿੰਡ ਵਿੱਚ, ਧੀਆਂ ਭੈਣਾਂ ਦਾ? ਉਹ ਤਾਂ ਸਾਰਾ ਇੱਕਾ ਕੁਛ ਹੀ, ਉਹ ਤਾਂ ਜਾਣਦੇ ਇੱਕ ਦੂਜੇ। ਅੱਛਾ ਜੀ, ਅਤੇ ਲੋਕ ਬੀਬੀਆਂ ਭੈਣਾਂ ਉਹਨਾਂ ਇੱਥੇ ਕਰਦੇ ਸੀ? ਇੱਜ਼ਤ ਕਰਦੇ, ਕਈ ਸਿੱਖ ਨੇ ਕਦੇ ਧੀ ਭੈਣ ਦੀ ਕੋਈ ਨਹੀਂ, ਇੱਥੇ ਉਹਨਾਂ ਨੂੰ ਆਉਂਦਾ ਕੋਈ ਗੱਲ ਨਹੀਂ। ਅੱਛਾ ਜੀ, ਪਿੰਡ ਦੇ ਨਾਂ ਸੀ ਉਹਨਾਂ ਦਾ? ਬੜੇ ਨੇ ਸੀ ਬੰਦੇ। ਅੱਛਾ ਜੀ, ਚੇਤੇ ਆਉਂਦੇ ਆ? ਚੇਤੇ ਆਉਂਦੇ, ਚੇਤੇ ਸਾਨੂੰ ਚੇਤੇ ਆਉਂਦੇ ਰਹਿੰਦੇ। ਅੱਛਾ, ਹੁਣ ਤੂੰ ਹੀ ਆਏ ਜੇ? ਹਾਂਜੀ, ਹੁਣ ਚੇਤਾ ਰੱਖਾਂ ਸਾਡੇ ਕੋਲ ਆਇਆ। ਹਾਂਜੀ ਹਾਂਜੀ, ਹਾਂ, ਉਸ ਪਰਿਵਾਰ ਦੇ ਮੈਂਬਰ ਨਾ ਪਿੰਡ ਬਾਰਡਰ ਦੇ ਪਰਲੇ ਪਾਸੇ ਨਾਲ ਹੀ ਬੈਠੇ ਆ। ਹਾਂਜੀ, ਆ ਉਹਨਾਂ ਨੂੰ ਫੋਨ ਵੀ ਮਿਲਾਇਆ, ਉਹ ਢਿੱਲੋਂ ਸੀਗੇ ਜੀ, ਢਿੱਲੋਂ ਪਰਿਵਾਰ, ਹੈਂ, ਉਹ ਪਰਲੇ ਪਾਸੇ ਬਾਰਡਰ 'ਤੇ ਬੈਠੇ ਆ, ਉਹ ਇੱਧਰ ਨਹੀਂ ਆ ਸਕਦੇ, ਤੁਸੀਂ ਉੱਧਰ ਨਹੀਂ ਆ ਸਕਦੇ। ਹਾਂਜੀ, ਇਹ ਆ ਗੱਲ, ਉਹ ਪੀਨੇ ਆਉਣੇ ਕਾਜੂ, ਉਹ ਇੱਧਰ ਨਹੀਂ ਆ ਸਕਦੇ, ਤੁਸੀਂ ਉੱਧਰ ਨਹੀਂ ਜਾ, ਇੱਧਰ ਆਉਣਾ ਔਖਾ, ਤੁਸੀਂ ਉੱਧਰ ਨਹੀਂ ਆ ਸਕਦੇ। ਉਧਰੋਂ ਤਾਂ ਆ ਜਾਣ ਨਾ, ਵਾਹ ਕੇ ਬਾਰਡਰ ਥਾਣੀ ਪਰ ਜਿਹੜਾ ਪਰਮਿਟ ਬਣਵਾਏ ਨੇ, ਉਹ ਬੀਜੇ ਨਹੀਂ ਮਿਲਦੇ ਆ ਹੁਣ ਪਾਕਿਸਤਾਨ ਵਾਲੇ ਬੀਜੇ ਦੇਣ ਲੱਗ ਪਏ ਆ। ਪਹਿਲਾਂ ਬੜਾ ਬਹੁਤ ਮੁਸ਼ਕਿਲ ਸੀ,
ਹਾਲੇ ਵੀ ਇੰਡੀਆ ਵਾਲਿਆਂ ਨੂੰ ਇੰਡੀਆ 'ਚ ਆਉਣਾ ਇੱਥੇ ਨੂੰ ਬੜਾ ਮੁਸ਼ਕਲ ਆ, ਸਾਡੇ ਇੱਥੇ ਵਾਲਿਆਂ ਨੂੰ ਜਾਣਾ ਵੀ ਮੁਸ਼ਕਲ ਆ। ਸਾਡੇ ਉਹ ਸਿੱਖ ਆਇਆ ਸੀ, ਉਹ ਮੁੰਡਾ ਮੇਰੇ ਆਉਂਦਾ ਹੈ, ਹਾਂਜੀ, ਉਹਨਾਂ ਦੀ ਪੈਰੀ ਨਾਲ ਲਈ ਸੀ। ਅੱਛਾ ਜੀ, ਉਹ ਗਾਣੇ, ਹਾਂਜੀ, ਉਹ ਗਾਣੇ ਗਿਆ ਜਿਹੜਾ ਉਹਨਾਂ ਦੇ ਨਾਂ ਪੈਰੀ ਆਇਆ, ਹਾਂਜੀ, ਉਹ ਆਏ ਲਾਹੌਰ ਗਏ, ਕਾਗਜ਼ ਪਤਾ ਕਢਾਇਆ ਉਹਨਾਂ ਵੀ ਤੁਹਾਡੇ ਪੈਰੀ ਦੇ ਕਾਗਜ਼ ਗਏ ਜਾਣੇ ਉੱਧਰ, ਹਾਂਜੀ, ਉਹ ਦਸ ਦਿਨ ਸਾਡੇ ਕੋਲ ਰਿਹਾ, ਹਾਂਜੀ, ਵਿਚਾਰਾ ਬਾਲਾ ਰੋਵੇ, ਅੱਛਾ ਅੱਛਾ, ਸਾਡੀ ਜ਼ਮੀਨ ਸੀ, ਪੈਸਾ ਇੰਨਾ ਖਰਚਿਆ ਹੈ, ਹਾਂਜੀ, ਉਹਦੇ ਨਾਂ ਗਏ ਜਿਹੜੀ, ਅਸੀਂ ਉਹਦੇ ਲੜੀਏ ਤੇ ਕੀ ਕਰੀਏ। ਅੱਛਾ ਅੱਛਾ, ਆਪਣੇ ਫੌਜਾਂ ਸੋਨੇ ਟੱਬਰ ਚੋਂ ਪਰਿਵਾਰ ਚੋਂ ਮੁੰਡਾ ਆ, ਮੈਂ ਪੁੱਛਦੇ ਇਹਨੂੰ ਵੀ ਇਹ ਪੋਤਾ ਹੈ ਕਿ ਕਿੰਨੀ ਉਮਰ ਆ, ਤੁਹਾਡੀ ਇਹਨਾਂ ਗੱਲਬਾਤ ਕਰਾਉਂਦੇ ਆ, ਗੱਲ ਕਰੋ। ਹੈਲੋ ਟਿਲੋ ਸਾਹਿਬ, ਸਤਿ ਸ਼੍ਰੀ ਅਕਾਲ, ਅਤੇ ਫੌਜਾ ਸਿੰਘ ਤੁਹਾਡਾ ਕੀ ਲੱਗਦਾ ਸੀਗਾ? ਪੜਦਾਦਾ, ਇਹ ਫੌਜਾ ਸਾਹਿਬ ਪੋਤਾ, ਇਹਨਾਂ ਗੱਲਬਾਤ ਕਰੋ ਜੀ, ਇੱਦਾਂ ਪੜ ਲਓ, ਇੱਦਾਂ ਹੀ ਬੋਲੋ। ਕੀ ਹਾਲ ਹੈ ਫਿਰ ਤੁਹਾਡਾ? ਅਸੀਂ ਤਾਂ ਤੁਹਾਨੂੰ ਯਾਦ ਹੀ ਕਰਦੇ ਰਹਿੰਦੇ ਹਾਂ। ਬਜ਼ੁਰਗ ਦੋਨੇ ਮੁਲਕ ਆਪਸ ਵਿੱਚ ਲੜੀ ਜਾਂਦੇ ਆ, ਇਹਨਾਂ ਨੂੰ ਗੱਲ ਲੜਨਾ ਚਾਹੀਦਾ ਕਿ ਬੰਦ ਕਰਨਾ ਚਾਹੀਦਾ? ਲੜਨਾ ਚਾਹੀਦਾ, ਅਮਨ ਕਰਨੇ, ਅਮਨ ਦੇ ਨਾਲ ਅਮਨ ਕਰਨਾ। ਆਪਾਂ ਦੋਨਾਂ ਨੂੰ ਸਮਝਾਈਏ ਵੀ ਬਹੁਤ ਲੜ ਲਿਆ, ਲੜਾਈ ਦਾ ਕੋਈ ਖੱਟਿਆ ਕੁਛ ਨਹੀਂ, ਕੁਛ ਨਹੀਂ ਖੱਟਿਆ, ਮਾਵਾਂ ਦੇ ਪੁੱਤ ਮੁਰਾਦ ਤੇ, ਇਹਨਾਂ ਨੇ ਵੀ ਤੇ ਉਹਨਾਂ ਨੇ ਵੀ, ਹੈਂ, ਬੜੀ ਦੁਨੀਆ ਮਰੀ, ਬੜੀ ਦੁਨੀਆ ਮਰੀ, ਤੇ ਹੁਣ ਸ਼ਾਂਤੀ ਨਾਲ ਬਹਿ ਪਿਆਰ ਨਾਲ ਰਹਿਣ। ਮੈਂ ਤਾਂ ਦੱਸਦਾ, ਹਾਂਜੀ, ਗੱਡੀ ਆਈ ਨਾ ਲਾਹੌਰੇ ਲੋਂ, ਹਾਂਜੀ, ਤੇ ਰੁੱਖਾਂ ਵਾਲੇ ਖਿਲਾਰ ਲਈ ਉਹਨੇ, ਅੱਛਾ, ਕੁਠਾਣੇਦਾਰ ਸੀ ਕੋਈ, ਉਹਦਾ ਜੀਆ ਜਲ ਨੇ ਮਾਰਤਾ, ਅੱਛਾ, ਉਹਨੇ ਸਾਰੇ ਪਿੰਡ ਜੇ ਪੁਲਿਸ ਲੋਕ ਨਿਕਲ ਚੱਲੇ ਰੁੱਖਾਂ ਵਾਲੇ ਭੱਜ ਚੱਲੇ, ਉਹਨੇ ਆਖਿਆ ਤੁਸੀਂ ਅਮਨ ਕਰੋ, ਅਸੀਂ ਆ, ਉਹ ਗੱਡੀ ਆਈ ਤਾਂ ਤੁਸੀਂ ਆਓ, ਉਹਨੇ ਫਿਰ ਬੜੀ ਦੁਨੀਆ ਮਰਵਾਈ। ਉਹ ਕੌਣ ਸੀ ਉਹ? ਉਹ ਗੱਡੀ ਆ, ਉਹ ਕੌਣ ਜਿਹਨੇ ਮਰਵਾਈ, ਉਹ ਕੌਣ ਸੀ? ਥਾਣੇਦਾਰ ਸੀ, ਉਹਦਾ ਪਿਆ ਮਰਿਆ ਹੈ ਕੋਈ, ਮੁਸਲਮਾਨ ਸੀ, ਸਿੱਖ ਸੀ, ਮੁਸਲਮਾਨ ਸੀ, ਅੱਛਾ, ਉਹਨੇ ਸਾਰੀ ਗੱਡੀ ਵਢਾ ਦਿੱਤੀ ਰੁੱਖਾਂ ਵਾਲੇ, ਰੁੱਖਾਂ ਵਾਲੇ, ਦੇਖੀ ਵੱਡੀ ਗੱਡੀ? ਅਸੀਂ ਵੇਖੀ, ਕਿੱਡਾ ਮਾੜਾ ਕੰਮ ਹੋਇਆ ਜੀ। ਫਿਰ ਨਾ ਪਹਿਲਾਂ ਖਡਾ ਲਈ ਸੀ, ਉਹਦੇ ਵਿੱਚ ਸੜ ਸੜ ਕੇ ਨਾ ਤੁਸੀਂ ਕਿਰਾਇਆ ਪਾ ਕੇ ਮਿੱਟੀ ਉਹਨਾਂ ਦੇ ਉੱਤੇ, ਸਾਡੀ ਬੜਾ ਜੀ ਮੰਦਾ ਵੇਖਣਾ, ਬੜਾ ਨਿਸ਼ਕਾਨ ਹੋਇਆ ਉੱਧਰੋਂ ਦੀ ਮੁਲਕ ਦਾ, ਹਾਂਜੀ, ਹਾਂ, ਅਤੇ ਉਹਨਾਂ ਕੀ ਖੱਟਿਆ, ਕੀ ਖੱਟਿਆ, ਵੰਡ ਕਰਕੇ ਅਤੇ ਮਰਵਾ ਦਿੱਤੀ ਦੁਨੀਆ। ਹੁਣ ਜਿਨ੍ਹਾਂ ਦੇ ਮਰੇ ਉਹਨਾਂ ਤੋਂ ਪੁੱਛੋ ਵੀ ਕੀ ਬੀਤੀ ਆ ਪਰਿਵਾਰਾਂ ਦੇ, ਉਹਨਾਂ ਹੁਣ ਕੀ ਗੱਲ ਬਣੀ, ਅਜੇ ਤੀਕਰ ਤਾਗ ਨਹੀਂ ਆਈ ਜਿਹਨਾਂ ਮਰੇ ਨੇ, ਜਿਹੜੇ ਇੱਧਰੋਂ ਉਜੜ ਗਏ ਉੱਧਰ ਗਏ, ਉੱਧਰੋਂ ਇੱਧਰ, ਅੱਜ ਦੇ ਤਾਬੇ ਨਹੀਂ ਆਏ, ਹਾਲੇ ਨਹੀਂ ਆਏ, ਕਈਆਂ ਦੇ ਪਰਿਵਾਰਾਂ ਦੇ ਪਰਿਵਾਰ ਉਜੜ ਗਏ, ਉੱਧਰਲਿਆਂ ਦੇ ਵੀ, ਇੱਧਰਲਿਆਂ ਦੇ ਵੀ। ਬਜ਼ੁਰਗੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਇਹ ਆਵਾਂਗੇ ਹੁਣ ਪਿੰਡ ਦਾ ਗੇੜਾ ਲਾ ਲਈਏ। ਗੁਰਦੁਆਰਾ ਕਿਹੜਾ ਸੀ? ਗੁਰਦੁਆਰਾ ਉਹ ਅੱਗੇ ਉਹ ਚੌਂਕ, ਤੇ ਇਹ ਢਿੱਲੋਂ ਘਰ ਦੇ ਨੇ ਨਾ।
ਤੇ ਲੋਕਾਂ ਬਾਅਦ ਤੁਹਾਡੇ ਘਰਾਂ ਦੇ ਥੈ ਆ, ਪਰ ਹੁਣ ਘਰਾਂ ਦੀ ਨਿਸ਼ਾਨੀ ਕੋਈ ਨਹੀਂ ਰਹੀ ਅਤੇ ਇੱਥੇ ਦੁਬਾਰਾ ਘਰ ਬਣ ਚੁੱਕਿਆ। ਹਾਂਜੀ, ਗੁਰਦੁਆਰੇ ਜਿਹੜਾ ਅੱਗੇ ਸੀ ਜਾਂ ਗੁਰਦੁਆਰੇ ਜਿਹੜਾ ਸੀ ਅੱਛਾ ਗੁਰਦੁਆਰੇ ਆ ਪੁਰਾਣੀ ਜਗ੍ਹਾ ਆ ਪੁਰਾਣੀ ਜਗ੍ਹਾ ਤੇ ਇਹ ਸਿੱਖਾਂ ਦੇ ਪੁਰਾਣੇ ਘਰ ਸੀਗੇ। ਅੱਜ ਵੀ ਕੰਨਾਂ ਖੜੀਆਂ ਪੁਰਾਣੇ ਰੋਸ਼ਨ ਦਾਦੇ ਲਓ ਗੁਰਦੁਆਰੇ ਸੱਜੇ ਪਾਸੇ ਜਿਹੜਾ ਇੰਡੀਆ ਦੇ ਪਾਸੇ ਨੂੰ ਘਰ ਆ ਉਹ ਵੀ ਸਿੱਖਾਂ ਦੇ ਸੀਗੇ।